ਤੁਸੀਂ 2-2.5 ਲੱਖ ਰੁਪਇਆ ਜਿਹੜਾ ਮਹੀਨੇ ਦਾ ਨਾ ਇੱਥੇ ਆਮਦਨ, ਤੁਸੀਂ 5 ਤੋਂ 6 ਗਾਵਾਂ ਰੱਖ ਲਓ ਤਾਂ ਤੁਹਾਡੀ ਬੱਚਤ ਆ ਸਕਦੀ ਹੈ ਇੱਕ ਮਹੀਨੇ ਦੀ। ਸਾਰੇ ਸਾਡੇ ਵੀਰ ਭਰਾ ਜਿਹੜੇ ਦੂਜੇ ਮੁਲਕਾਂ ਦੇ ਅੰਦਰ ਮੁਕੀਮ ਨੇ, ਉਹ ਕਹਿੰਦੇ ਨੇ ਕਿ ਪਾਕਿਸਤਾਨ ਦੇ ਅੰਦਰ ਇਨਵੈਸਟਮੈਂਟ ਕਰੀਏ। ਤੁਹਾਡਾ ਕੀ ਮਾਈਂਡ ਹੈ ਕਿ ਡੇਅਰੀ ਫਾਰਮਿੰਗ ਦੇ ਅੰਦਰ ਛੋਟਾ ਫਾਰਮਰ ਕਿੰਨੀ ਇਨਵੈਸਟਮੈਂਟ ਤੋਂ ਆਪਣਾ ਕੰਮ ਸਟਾਰਟ ਕਰ ਸਕਦਾ? ਬਿਸਮਿਲ੍ਲਾਹਿ ਰਹਿਮਾਨ ਰਹੀਮ, ਅਸਲਾਮ ਵਾਲੇਕੁਮ ਵੀਵਰ, ਕੈਸੇ ਹੈਂ ਆਪ ਸਭ? ਉਮੀਦ ਕਰਤਾ ਹੂੰ ਆਪ ਖੈਰੀਅਤ ਸੇ ਹੋਂਗੇ। ਆਫਜ਼ ਇਕਰਾਮ ਇੱਕ ਦਫ਼ਾ ਫਿਰ ਆਪਕੀ ਖਿਦਮਤ ਮੇਂ ਹਾਜ਼ਰ ਹੈ ਔਰ ਆਪ ਦੇਖ ਰਹੇ ਹੈਂ ਸਾਡਾ ਸੋਨਾ ਦੇਸ਼ ਪੰਜਾਬ ਫੇਸਬੁੱਕ ਪੇਜ ਔਰ ਯੂਟਿਊਬ ਚੈਨਲ। ਨਾਜ਼ਰੀਨ, ਆਜ ਕੀ ਵੀਡੀਓ ਮੇਂ ਹਮ ਆਪਕੇ ਸਾਹਮਣੇ ਸਮਾਲ ਡੇਅਰੀ ਫਾਰਮ ਕਾ ਬਿਜ਼ਨਸ ਆਈਡੀਆ ਸ਼ੇਅਰ ਕਰਨੇ ਜਾ ਰਹੇ ਹੈਂ। ਆਜ ਕੇ ਇਸ ਵੀਡੀਓ ਮੇਂ ਹਮ ਆਪਕੋ ਬਤਾਏਂਗੇ ਕਿ ਆਪ ਕਿਤਨੀ ਇਨਵੈਸਟਮੈਂਟ ਸੇ ਇੱਕ ਛੋਟੇ ਲੈਵਲ ਪੇ ਡੇਅਰੀ ਫਾਰਮ ਕਾ ਆਗਾਜ਼ ਕਰ ਸਕਤੇ ਹੈਂ ਔਰ ਆਪ ਉਸਸੇ 2.5 ਸੇ 3 ਲੱਖ ਕੀ ਅਰਨਿੰਗ ਕਰ ਸਕਤੇ ਹੈਂ। ਇਸਮੇਂ ਆਪਕੋ ਕਿਤਨੀ ਗਾਈਆਂ ਪਰਚੇਜ਼ ਕਰਨੀ ਪੜੇਂਗੀ, ਆਪਕੋ ਉਨਕੇ ਲੀਏ ਕਿਤਨਾ ਸੈਟਅਪ ਰੱਖਣਾ ਪੜੇਗਾ, ਔਰ ਬਿਲਖਸੂਸ ਹਮਾਰੇ ਓਵਰਸੀਜ਼ ਬਾਈ ਜੋ ਬੇਰੂਨ ਮਮਾਲਿਕ ਮੇਂ ਮੁਕੀਮ ਹੈ ਔਰ ਵੋ ਚਾਹਤੇ ਹੈ ਕਿ ਵੋ ਪਾਕਿਸਤਾਨ ਮੇਂ ਆਏ, ਇਨਵੈਸਟ ਕਰੇਂ ਔਰ ਕੁਛ ਕਾਰੋਬਾਰ ਕਰੇਂਗੇ। ਆਜ ਕੀ ਵੀਡੀਓ ਉਨਕੇ ਲੀਏ ਬਹੁਤ ਹੀ ਯੂਨੀਕ ਔਰ ਬਹੁਤ ਹੀ ਉਨਕੇ ਲੀਏ ਜ਼ਬਰਦਸਤ ਕੀ ਬਿਜ਼ਨਸ ਆਈਡੀਆ। ਬਿਲਾ ਤਖੀਰ ਵੀਡੀਓ ਕਾ ਆਗਾਜ਼ ਕਰਤੇ ਹੈਂ ਔਰ ਆਜ ਕੀ ਵੀਡੀਓ ਮੇਂ ਹਮ ਆਪਕੋ ਪੇਸ਼ਗੀ ਮਾਜ਼ਰਤ ਕਰਤੇ ਹੈ ਕਿ ਵੀਡੀਓ ਪੰਜਾਬੀ ਮੇਂ ਬਣਾਈ ਜਾਏਗੀ। ਅਗਰ ਕਿਸੀ ਬਾਈ ਕੋ ਕਿਸੀ ਬਾਤ ਕੀ ਸਮਝ ਨਾ ਆਏ ਤੋ ਵੋ ਕਮੈਂਟ ਬਾਕਸ ਮੇਂ ਹਮੇਂ ਕਮੈਂਟ ਕਰਕੇ ਪੁੱਛ ਸਕਦੇ। ਅਸਲਾਮੁ ਅਲੈਕੁਮ। ਵਾਲੇਕੁਮ ਸਲਾਮ। ਸਭ ਤੋਂ ਪਹਿਲੇ ਤਾਂ ਮੇਰੇ ਭਾਈ ਦਾ ਨਾਮ ਕੀ ਹੈ? ਨਾਮ ਜ਼ੁਲਫਕਾਰ ਅਲੀ ਜੀ। ਕੀ ਹਾਲ ਚਾਲ ਨੇ? ਅੱਲਾ ਦੇ ਕਰਮ। ਭਾਈ ਜਾਨ, ਕਿੰਨੀ ਦੇਰ ਤੋਂ ਤੁਸੀਂ ਡੇਅਰੀ ਫਾਰਮਿੰਗ ਦੇ ਅੰਦਰ ਆਏ ਜੇ ਔਰ ਕਿੰਨੀਆਂ ਇਸ ਟਾਈਮ ਗਾਵਾਂ ਤੁਹਾਡੇ ਕੋਲੇ ਮੌਜੂਦ ਨੇ? ਸਾਨੂੰ 3 ਤੋਂ 4 ਸਾਲ ਹੋ ਗਏ ਜੀ ਇਹ ਸ਼ੋਭੇ 'ਚ ਆਇਆ ਨੂੰ, ਮਤਲਬ ਜ਼ਿੰਮੇਦਾਰੇ ਵੱਲੇ ਅਤੇ ਨਾਲ ਗਾਵਾਂ ਵਾਲੇ ਕੰਮ ਸ਼ੁਰੂ ਕੀਤਾ ਹੋਇਆ ਨੂੰ। ਅਤੇ ਪਹਿਲੇ ਸਾਡੇ ਕੋਲ ਦੇਸੀ ਗਾਵਾਂ ਸੀ, ਫਿਰ ਅਸੀਂ ਵਲੈਤਨਾਂ ਦਾ ਕੰਮ ਸ਼ੁਰੂ ਕੀਤਾ ਅਤੇ ਪਤਾ ਲੱਗਿਆ ਕਿ ਵਲੈਤਨਾਂ ਦਾ ਕੰਮ ਦੇਸੀ ਨਾਲੋਂ ਬਹੁਤ ਜ਼ਿਆਦਾ ਫਾਇਦੇਮੰਦ ਹੈ। ਇਸ ਟਾਈਮ ਤੁਹਾਡੇ ਕੋਲ ਵਲੈਤਨਾਂ ਦੇ ਅੰਦਰੋਂ ਕਿਹੜੀ ਨਸਲ ਦੀਆਂ ਗਾਵਾਂ ਮੌਜੂਦ ਨੇ? ਸਾਡੇ ਕੋਲ ਜੀ ਕ੍ਰਾਸ ਵੀ ਹੈ ਅਤੇ ਫਰੀਜ਼ੀਅਨ ਵੀ ਹੈ ਜੀ। ਇਹ ਮਤਲਬ ਅਸੀਂ ਮਤਲਬ ਬਰੀਡ ਕਰਾ ਕਰਾ ਕੇ ਚੰਗੀਆਂ ਬਣਾ ਲਈਆਂ ਹੁਣ ਅਸੀਂ। ਅਤੇ ਭਾਈ ਜ਼ੁਲਫਕਾਰ, ਇਸ ਬਿਜ਼ਨਸ ਦੀ ਖਸੂਸੀਅਤ ਕੀ ਨੇ? ਇਹ ਬਿਜ਼ਨਸ ਇਹ ਹੈ ਜੀ, ਇੱਕ ਤਾਂ ਮਤਲਬ ਸ਼ੌਕ ਕਰਨਾ ਨਾ ਤੁਸੀਂ, ਕੰਮ ਕਰਨਾ ਤੁਸੀਂ ਬਾਹਰ ਜਾ ਕੇ ਵੀ ਕਰਨਾ, ਮਿਹਨਤ ਮਜ਼ਦੂਰੀ ਕਰਨਾ ਚਾਹੁੰਦੇ ਬਾਹਰ ਜਾ ਕੇ, ਉੱਥੇ ਤੁਸੀਂ ਜਿੰਨੇ ਬੱਚਤ ਕਰਨੀ ਹੈ ਘਰੋਂ ਪਰਦੇਸ਼ ਕੱਟ ਕੇ ਤੁਸੀਂ ਘਰ ਬਹਿ ਕੇ ਕਰ ਸਕਦੇ, ਜਿੰਨੇ ਕੁ ਉੱਥੇ ਬਚਦੇ ਉਹਨਾਂ ਨਾਲੋਂ ਜ਼ਿਆਦਾ ਇੱਥੇ ਕਮਾ ਸਕਦੇ ਜੀ। ਮਤਲਬ ਕੋਈ 2-2.5 ਲੱਖ ਰੁਪਇਆ ਜਿਹੜਾ ਮਹੀਨੇ ਦਾ ਨਾ ਇੱਥੇ ਆਮਦਨ, ਤੁਸੀਂ 5 ਤੋਂ 6 ਗਾਵਾਂ ਰੱਖ ਲਓ ਤਾਂ ਤੁਹਾਡੀ ਬੱਚਤ ਆ ਸਕਦੀ ਹੈ ਇੱਕ ਮਹੀਨੇ ਦੀ। ਜ਼ਬਰ ਭਾਈ ਜ਼ੁਲਫਕਾਰ, ਤੁਸੀਂ ਇਹ ਦੱਸੋ ਕਿ ਇੱਕ ਫਾਰਮਰ ਜੋ ਇਸ ਕੰਮ ਦੇ ਅੰਦਰ ਆਉਣਾ ਚਾਹੇ ਜੀ, ਉਹ ਕਿੰਨੀ ਸਟਾਰਟਿੰਗ 'ਤੇ ਇਨਵੈਸਟਮੈਂਟ ਕਰੇ? ਜਿਸ ਤਰ੍ਹਾਂ ਤੁਸੀਂ ਕਿਹਾ ਨਾ 5 ਗਾਵਾਂ ਤੋਂ ਉਹ ਬੰਦਾ ਅੱਛੀ ਪ੍ਰੋਡਕਸ਼ਨ ਲੈ ਸਕਦਾ, ਕਿੰਨੀ ਪ੍ਰੋਡਕਸ਼ਨ ਲੈ ਸਕਦਾ ਔਰ ਕਿੰਨੀ ਇਨਵੈਸਟਮੈਂਟ ਇਬਤਦਾ 'ਤੇ ਕਰੇ ਅੱਛੀਆਂ ਗਾਵਾਂ ਖਰੀਦਣ ਲਈ? 18 ਤੋਂ 20 ਲੱਖ ਰੁਪਏ ਦੀਆਂ ਨਾ ਤਕਰੀਬਨ 3.5 ਤੋਂ 4 ਲੱਖ ਦੇ ਦਰਮਿਆਨ ਗਾਂ ਮਿਲ ਜਾਂਦੀ, ਚੰਗੀ ਗਾਂ ਜਿਹੜੀ 25 ਤੋਂ 30 ਲੀਟਰ ਦੁੱਧ ਦਿੰਦੀ ਹੈ। 18 ਤੋਂ 20 ਲੱਖ ਰੁਪਏ ਬਣਦਾ ਇਨਵੈਸਟਮੈਂਟ ਕਰੇ, ਤੁਹਾਨੂੰ ਗਾਵਾਂ ਮਿਲ ਜਾਣਗੀਆਂ। ਸਹੀ, ਅਤੇ ਉਹਨਾਂ ਦੇ ਡੇਲੀ ਦਾ ਕਿੰਨਾ ਦੁੱਧ ਉਹਨੂੰ ਮਿਲੇਗਾ ਔਰ ਜਿਹੜਾ ਉਹਦਾ ਮਹਾਨਾ ਹੁੰਦਾ ਕਿੰਨੀ ਆਮਦਨ ਬਣ ਸਕਦੀ ਹੈ? ਮਤਲਬ ਇਹ ਜੇ ਤਾਂ ਜਾਈਏ ਨਾ ਵਸੀਹ ਪੈਮਾਨੇ 'ਤੇ, ਅੱਛਾ ਫਾਰਮ ਬਣਾਈਏ, ਅੱਛਾ ਮਾਹੌਲ ਦੇਈਏ ਉਹਨਾਂ ਨੂੰ, ਫਿਰ ਗਾਂ ਇਹੋ ਹੀ ਗਾਂ 30 ਤੋਂ 35 ਲੀਟਰ ਦੁੱਧ 40 ਲੀਟਰ ਦੇ ਸਕਦੀ ਹੈ। ਸਹੀ, ਲੇਕਿਨ ਇਹ ਜਿਹੜਾ ਆਪਣਾ ਮਾਹੌਲ ਹੈ ਇੱਥੇ ਦੇਸੀ ਮਾਹੌਲ ਹੈ, ਦੇਸੀ ਮਾਹੌਲ ਦੇ ਵਿੱਚ ਵੀ ਆਮ ਕੋਈ ਜ਼ਿੰਮੇਦਾਰ ਬੰਦਾ ਕਰਨਾ ਸ਼ੁਰੂ ਕਰਨਾ ਚਾਹੁੰਦਾ ਜਾਂ ਕੋਈ ਛੋਟੇ ਲੈਵਲ 'ਤੇ ਕਰਨਾ ਚਾਹੁੰਦਾ, 25 ਲੀਟਰ ਕਮ ਅਜ਼ ਕਮ ਦੁੱਧ ਗਾਂ ਦਿੰਦੀ ਹੈ। ਸਹੀ, 25 ਤੋਂ 30 ਲੀਟਰ ਦਿੰਦੀ ਹੈ, ਤੁਸੀਂ ਆਪਦੇ 25 ਲੀਟਰ ਵੀ ਕੱਢ ਲਓ ਨਾ। ਸਹੀ, ਅਤੇ 1 ਮਹੀਨੇ ਦਾ ਦੁੱਧ 3 ਲੱਖ ਰੁਪਏ ਦਾ ਬਣਦਾ, ਪੰਜਾਂ ਗਾਵਾਂ ਦਾ ਦੁੱਧ 1 ਮਹੀਨੇ ਦਾ 3 ਲੱਖ ਰੁਪਏ ਦਾ ਬਣਦਾ। ਅੱਛਾ, ਇਹਦੇ 'ਚ ਖਰਚਾ ਇੱਕ ਗਾਂ ਡੇਲੀ ਦਾ ਖਰਚਾ ਜਿਹੜਾ ਕਰਾਏਗੀ ਉਹ ਕਿੰਨਾ ਹੋਏਗਾ ਔਰ ਮਹਾਨਾ 5 ਗਾਵਾਂ ਦਾ ਖਰਚਾ ਕਿੰਨਾ ਬਣ ਜਾਏਗਾ? ਡੇਲੀ ਦਾ 300 ਰੁਪਏ ਗਾਂ ਦਾ ਇੱਕ ਦਾ ਖਰਚਾ ਆਉਂਦਾ ਖੁੱਲ੍ਹਾ ਖਾਵੇ ਤਾਂ। ਖੁੱਲ੍ਹਾ ਖਾਵੇ ਤਾਂ ਅੱਛਾ, ਹਾਂਜੀ, ਅਤੇ ਮੈਂ ਮਤਲਬ ਸਾਰਾ ਮਹੀਨੇ ਦਾ ਤੁਸੀਂ 50,000 ਰੁਪਏ ਖਰਚਾ ਕਰ ਲਓ। ਹਾਂਜੀ, ਅਗਰ 300 ਰੁਪਏ ਖਾਵੇ ਅਤੇ 9,000 ਦੇ ਹਿਸਾਬ ਨਾਲ 45,000, ਚਲੋ ਠੀਕ ਹੈ, ਮਿਨੀਮਮ ਅਸੀਂ 50,000 ਕਰ ਲਓ। ਅਤੇ ਇਹ ਅੱਛਾ, ਇੱਥੇ ਇੱਕ ਬੜੀ ਅਹਿਮ ਚੀਜ਼ ਹੈਗੀ ਹੈ ਕਿ ਕਈ ਲੋਕ ਹੈਗੇ ਨੇ ਉਹ ਇਹ ਵੀ ਵੇਖ ਰਹੇ ਨੇ ਸਾਡੇ ਵੀਵਰ, ਕਿਹਨੇ ਵਾਸਤੇ ਚਾਰੇ ਵਾਸਤੇ ਕਿੰਨੀ ਜਗ੍ਹਾ ਪ੍ਰੋਵਾਈਡ ਕਰਨੀ ਪੈਗੀ? ਤੁਸੀਂ ਇਹ ਦੱਸੋ ਕਿ 5 ਗਾਵਾਂ ਅਗਰ ਬੰਦਾ ਉਹਨਾਂ ਤੋਂ ਸਟਾਰਟ ਕਰਦਾ ਡੇਅਰੀ ਫਾਰਮ, ਅਤੇ ਉਹਦੇ ਵਾਸਤੇ ਚਾਰਾ ਜਾਂ ਸਾਇਲੇਜ ਵਾਸਤੇ ਉਹਨੀ ਕਿੰਨੀ ਜ਼ਮੀਨ ਹੋਣੀ ਚਾਹੀਦੀ? 1 ਏਕੜ ਜ਼ਮੀਨ ਦਾ ਨਾ ਜਿਹੜਾ 5 ਗਾਵਾਂ ਵਾਸਤੇ ਉਹਨਾਂ ਦਾ ਚਾਰਾ ਪੂਰਾ ਕਰ ਸਕਦਾ। ਸਹੀ, 1 ਏਕੜ ਦੇ ਵਿੱਚੋਂ ਚਾਰਾ ਉਹਦਾ ਪੂਰਾ ਹੋ ਜਾਂਦਾ। ਮਸਲਨ ਵੀ ਪਹਿਲੇ ਮੱਕੀ ਕਾਸ਼ਤ ਕਰ ਲਵੇ ਨਾ, ਮੱਕੀ ਦਾ ਸਾਇਲੇਜ ਬਣਾ ਕੇ ਰੱਖ ਲਵੇ, ਫਿਰ ਸਬਜ਼ ਚਾਰਾ ਜੰਬੋ ਵਗੈਰਾ ਜਿਹੜੀ ਕਾਸ਼ਤ ਕਰ ਲਵੇ, ਉਹ ਮਤਲਬ ਮਿਕਸ ਕਰਕੇ ਸਬਜ਼ ਚਾਰਾ ਵੀ ਅਤੇ ਨਾ ਸਾਇਲੇਜ ਵੀ, ਤੂੰ ਮਰਲਾ ਕੇ ਪਾਈ ਰੱਖੇ, ਕੋਈ ਗੱਲ ਨਹੀਂ, ਜ਼ਬਰਦਸਤ। ਅੱਛਾ ਜ਼ੁਲਫਕਾਰ ਭਾਈ, ਇਹ ਤਾਂ ਹੋ ਗਿਆ ਉਹਨਾਂ ਲੋਕਾਂ ਵਾਸਤੇ ਜਿਹਨਾਂ ਕੋਲ ਕੁਝ ਜ਼ਮੀਨ ਹੈ, ਕਿੱਲਾ ਜਾਂ 2 ਕਿੱਲੇ। ਕਈ ਫਾਰਮਰ ਇਸ ਤਰ੍ਹਾਂ ਦੇ ਨੇ ਕਿ ਜਿਹੜੇ ਆਪਣੇ ਓਵਰਸੀਜ਼ ਭਾਈ ਨੇ ਦੂਜੇ ਮਮਾਲਿਕ ਦੇ ਅੰਦਰ, ਉਹਨਾਂ ਕੋਲ ਜ਼ਮੀਨ ਵੀ ਨਹੀਂ ਹੈਗੀ, ਕਿਆ ਉਹ ਵੀ ਫਾਰਮਿੰਗ ਕਰ ਸਕਦੇ ਨੇ? ਕਰ ਸਕਦੇ, ਉਹਨਾਂ ਦਾ ਵਜ਼ਾਹਤ ਕਰ ਦੇ। ਉਹਨਾਂ ਦਾ ਇਹ ਨਾ ਜੀ, ਸਾਇਲੇਜ ਆਪਾਂ ਮੁੱਲ ਵੀ ਖਰੀਦ ਕੇ ਲਈਏ ਨਾ ਜੀ, 300 ਰੁਪਏ ਨੂੰ ਮਨ ਲੱਭਦਾ,
ਸਹੀ ਜ਼ਬਰਦਸਤ ਜਿਹਦੀ ਵੱਡੀ ਗਾਂ ਨਾ ਫੁੱਲ ਵੱਡੀ ਗਾਏ ਜੀ ਜੀ ਇਹ 20 ਤੋਂ 25 ਕਿਲੋ ਖਾਂਦੀ ਸੈਲ ਇੱਕ ਦਿਨ ਦੇ ਵਿੱਚ ਸਹੀ ਮਤਲਬ 150 ਰੁਪਏ ਦਾ ਸੈਲਜ ਇੱਕ ਗਾਂ ਖਾਏਗੀ ਸਹੀ ਤੇ ਉਹਨੂੰ ਫਿਰ ਇਹ ਵੀ ਪੰਜ ਗਾਵਾਂ ਰੱਖੀਆਂ ਨਾ ਉਹਨੇ ਉਹ ਮੁਲਾਜ਼ਮ ਵੀ ਨਹੀਂ ਰੱਖਦਾ ਫਰਜ਼ ਕੀਤਾ ਜੀ ਜੀ ਜੇ ਮੁਲਾਜ਼ਮ ਰੱਖੇਗਾ ਤਾਂ ਮਤਲਬ ਮਹੀਨੇ ਦਾ 20,000 ਰੁਪਇਆ ਮੁਲਾਜ਼ਮ ਦਾ ਪੈ ਜਾਏਗਾ ਉੱਥੇ ਸਹੀ ਜੇ ਮੁਲਾਜ਼ਮ ਵੀ ਨਹੀਂ ਰੱਖਦਾ ਤਾਂ ਉਹਨੂੰ ਸਿਰਫ ਪੱਠੇ ਸੈਲਜ ਪਿਆ ਹੋਵੇ ਇਕੱਠਾ ਕਰ ਲਿਆ ਕੇ ਰੱਖਿਆ ਸਹੀ ਉਹ ਚੁੱਕ ਕੇ ਪਾ ਦੇਣੀ ਸੁਬਹ ਟਾਈਮ ਜ਼ਬਰਦਸਤ ਕੋਈ ਕੰਮ ਨਹੀਂ ਹੋਰ ਸਹੀ ਜ਼ਬਰਦਸਤ ਮਤਲਬ ਕਿ ਖਰਚਾ ਉਹੀ ਰਹੇਗਾ ਅਗਰ ਉਹ ਆਪਣਾ ਕਰ ਰਿਹਾ ਹੈ ਆਪਣੀ ਜ਼ਮੀਨ ਹੈਗੀ ਆ ਤਾਂ ਫਿਰ ਖਰਚਾ ਕੁਛ ਕੰਮ ਹੋਏਗਾ ਅਗਰ ਪਰਚੇਜ਼ ਕਰਕੇ ਸੈਲਜ ਲਿਆ ਰਿਹਾ ਫਿਰ ਵੀ 300 ਦੇ ਅੰਦਰ ਮੈਨੇਜ ਕਰ ਲਏਗਾ 300 ਨਹੀਂ ਤਾਂ ਤੁਸੀਂ ਮਤਲਬ ਜ਼ਿਆਦਾ ਵੀ ਕਰੋ ਤਾਂ 400 ਕਰ ਲਓ 400 ਕਰ ਲਓ ਜਦੋਂ ਮਤਲਬ ਕਿ ਜਿੱਥੇ 50,000 ਖਰਚਾ ਆਉਣਾ ਹੈ ਮਹੀਨੇ ਦਾ ਉੱਥੇ ਉਹ 55,000 ਆ ਸਕਦਾ ਹੈ ਤੁਸੀਂ 70,000 ਰੁਪਏ ਵੀ ਖਰਚਾ ਕਰ ਲਓ ਨਾ ਇੱਕ ਮਹੀਨੇ ਦਾ ਜੀ ਜੀ 2,30,000 ਰੁਪਏ ਤੁਹਾਨੂੰ ਮਹੀਨੇ ਦਾ ਫਿਰ ਬਚਤ ਆਉਂਦੀ ਜ਼ਬਰਦਸਤ ਅਗਰ 20,000 ਵਿਵਦ ਇਨਕਾ ਕਹਿਣਾ ਹੈ ਕਿ ਅਗਰ ਇੱਕ ਬੰਦਾ ਚਾਰੇ ਮੇ ਅਗਰ ਖੁਦ ਨਹੀਂ ਕਰਦਾ ਖੁਦ ਸਿਰਫ ਇਨਵੈਸਟਮੈਂਟ ਕਰ ਦਿੱਤਾ ਹੈ 18-20 lakh ਕੀ ਔਰ ਫਿਰ ਉਸਮੇ ਇੱਕ ਬੰਦਾ ਰੱਖ ਲਿੱਤਾ ਕਾਮ ਕੇ ਲੀਏ ਉਸਕੋ 20,000 ਤਨਖਾਹ ਦਿੱਤਾ ਹੈ ਔਰ ਉਸਕਾ 70,000 ਮਹੀਨਾ ਫਿਰ ਵੀ ਨਿਕਲ ਜਾਏ ਤੋ 3 lakh ਮੇ ਸੇ 2,30,000 ਫਿਰ ਵੀ ਉਹ ਬੜੀ ਈਜ਼ੀਲੀ ਕਮਾ ਸਕਦਾ ਹੈ ਅੱਛਾ ਜ਼ੁਲਫਕਰ ਭਾਈ ਹਰ ਬਿਜ਼ਨਸ ਦੇ ਅੰਦਰ ਕੋਈ ਕੋਈ ਬੰਦਾ ਕੋਈ ਵੀ ਬਿਜ਼ਨਸ ਸਟਾਰਟ ਕਰਦਾ ਉਹ ਕਿ ਸਮਝਦਾ ਕਿ ਪਤਾ ਨਹੀਂ ਬਿਜ਼ਨਸ ਚੱਲੇ ਜਾਂ ਨਾ ਚੱਲੇ ਇਸ ਬਿਜ਼ਨਸ ਦੇ ਬਾਰੇ ਤੁਸੀਂ ਸਾਡੇ ਵਿਵਾਦ ਨੂੰ ਦੱਸੋ ਅਗਰ ਉਹਨਾਂ ਦੇ ਕੋਈ ਖਦਸ਼ਾਤ ਹੋਣ ਤੋਂ ਦੂਰ ਹੋ ਜਾਣ ਜਿਹੜਾ ਨਾ ਬਿਜ਼ਨਸ ਇਸ ਟਾਈਮ ਜੀ ਪਾਕਿਸਤਾਨ ਲੈਵਲ 'ਤੇ ਮਤਲਬ ਜਾਈਏ ਜਿੰਨੇ ਬਿਜ਼ਨਸ ਵੇਖ ਲਈਏ ਜ਼ਿਮੀਂਦਾਰਾਂ ਜਾਈਏ ਨੁਕਸਾਨਾਤ ਹਰ 'ਚ ਹੋ ਜਾਂਦੇ ਨਾ ਜੀ ਜੀ ਦੂਸਰੀ ਗੱਲ ਇਹ ਜਿਹੜਾ ਬੰਦਾ ਸਮਝ ਰੱਖਣੀ ਚਾਹੀਦੀ ਹੈ ਜੀ ਜੀ ਇਹਨਾਂ ਦੀ ਵੈਕਸੀਨ ਟਾਈਮ 'ਤੇ ਕਰਾਈ ਜਾਵੇ ਜੀ ਜੀ ਇਹਨਾਂ ਚਿੱਚੜ ਵਗੈਰਾ ਤੋਂ ਬਚਾਇਆ ਜਾਵੇ ਜੀ ਜੀ ਅੱਲਾਹ ਤਾਲਾ ਖੈਰ ਕਰੇ ਉਹਨੂੰ ਕੋਈ ਮਸਲਾ ਨਹੀਂ ਬਣਦਾ ਜੀ ਜੀ ਔਰ ਜਿਹੜੀ ਇਹਨਾਂ ਦੀ ਅਰਨਿੰਗ ਹੈ ਦੁੱਧ ਦੀ ਉਹ ਤਾਂ ਸਦਾ ਬਹਾਰ ਚੱਲਣ ਵਾਲੀ ਸਦਾ ਬਹਾਰ ਸਾਰਾ ਸਾਲ ਇੱਕੋ ਰੇਟ ਮਤਲਬ ਕੋਈ ਰੇਟ ਦਾ ਫਰਕ ਨਹੀਂ ਪੈਂਦਾ ਵੀ ਹਰ ਇੱਕ ਬਿਜ਼ਨਸ ਦੇ ਅੰਦਰ ਉਰੂਜ ਜ਼ਵਾਲ ਆਏਗਾ ਦੁੱਧ ਦੀ ਅਗਰ ਤੁਹਾਡੀ ਪ੍ਰੋਡਕਸ਼ਨ ਆਉਂਦੀ ਰਹੇ ਉਹ ਤੁਹਾਡੇ ਸਿਰ ਤੇ ਆਉਣੀ ਹੈ ਮਿਹਨਤ ਦੇ ਸਿਰ ਤੇ ਮਿਹਨਤ ਜ਼ਰੂਰੀ ਜੀ ਇਹਨਾਂ ਨੂੰ ਬਾਰ ਵਕਤ ਪਾਣੀ ਪਿਲਾਇਆ ਜਾਵੇ ਜੇ ਖੁੱਲੀਆਂ ਛੱਡਣ ਦਾ ਮਾਹੌਲ ਬਣਾ ਲਵੇ ਕੋਈ ਜੀ ਜੀ ਖੁੱਲੀਆਂ ਛੱਡੇ ਤੇ ਪਾਣੀ ਦਾ ਵਿੱਚ ਸਿਸਟਮ ਬਣਾਇਆ ਹੋਵੇ ਤਾਜ਼ੇ ਪਾਣੀ ਦਾ ਤਾਜ਼ਾ ਪਾਣੀ ਸਾਫ਼ ਪਾਣੀ ਤੇ ਤਾਜ਼ਾ ਪਾਣੀ ਤੂੰ ਮਤਲਬ ਜਾਨਵਰ ਆਪਦੀ ਮਰਜ਼ੀ ਨਾਲ ਪਾਣੀ ਪੀਵੇ ਆਪਦੀ ਮਰਜ਼ੀ ਨਾਲ ਚਾਰਾ ਖਾਵੇ ਅੱਛਾ ਸਰ ਤੁਸੀਂ ਨਾ ਇਹ ਵੀ ਦੱਸੋ ਕਿ ਮੌਸਮੀ ਬਿਮਾਰੀਆਂ ਜਾਨਵਰਾਂ ਦੇ ਉੱਪਰ ਵੀ ਅਸਰਅੰਦਾਜ਼ ਹੁੰਦੀਆਂ ਨੇ ਅਤੇ ਡੇਅਰੀ ਦੇ ਅੰਦਰ ਮੌਸਮੀ ਵਬਾਵਾਂ ਕਿਹੜੀਆਂ ਕਿਹੜੀਆਂ ਆਉਂਦੀਆਂ ਨੇ ਔਰ ਕਿਹੜੇ ਕਿਹੜੇ ਮੌਸਮ 'ਚ ਆਉਂਦੀਆਂ ਤਾਂ ਕਿ ਸਾਡੇ ਭਰਾਵਾਂ ਨੂੰ ਇਹਦਾ ਵੀ ਪਤਾ ਚੱਲ ਜਾਏ ਇੱਕ ਤਾਂ ਜੀ ਸਭ ਤੋਂ ਜ਼ਿਆਦਾ ਜਿਹੜਾ ਅਸਰਅੰਦਾਜ਼ ਹੁੰਦੀਆਂ ਨੇ ਜੀ ਮੂੰਹ ਖੁਰਦੀ ਦੋਵਾਂ ਦੀ ਸਹੀ ਗਾਵਾਂ ਨੂੰ ਗਲ ਘੁੱਟੂ ਬਿਮਾਰੀ ਬਹੁਤ ਘੱਟ ਆਉਂਦੀ ਹੈ ਆ ਸਕਦੀ ਹੈ ਲੇਕਿਨ ਬਹੁਤ ਘੱਟ ਸਹੀ ਜੈਸਾ ਕਿ ਮੱਝਾਂ ਨੂੰ ਜ਼ਿਆਦਾ ਆਉਂਦੀ ਹੈ ਗਾਵਾਂ ਨੂੰ ਘੱਟ ਆਉਂਦੀ ਹੈ ਸਹੀ ਜ਼ਿਆਦਾ ਗਾਵਾਂ ਨੂੰ ਆਉਂਦੀ ਹੈ ਮੂੰਹ ਖੁਰ ਦੀ ਬਿਮਾਰੀ ਸਹੀ ਮੂੰਹ ਖੁਰ ਦੀ ਵੈਕਸੀਨ ਲਾਉਣਾ ਬਹੁਤ ਜ਼ਰੂਰੀ ਹੈ ਸਹੀ ਤੇ ਜਿਹੜਾ ਪਹਿਲਾ ਦੂਸਰਾ ਤੀਸਰਾ ਮਹੀਨਾ ਨਾ ਇਹਨਾਂ ਮਹੀਨਿਆਂ ਦੇ ਵਿੱਚ ਵਬਾ ਜ਼ਿਆਦਾ ਫੈਲਦੀ ਹੈ ਸਹੀ ਮੂੰਹ ਖੁਰ ਦੀ ਇਹਦੀ ਵੈਕਸੀਨ ਕਰਾਈ ਜਾਵੇ ਤਾਂ ਕੋਈ ਮਸਲਾ ਨਹੀਂ ਐਸਾ ਜ਼ਬਰਦਸਤ ਅਤੇ ਜਦੋਂ ਅੱਗੇ ਗਰਮੀ ਆਵੇਗੀ ਉਦੋਂ ਚਿੱਚੜ ਵਗੈਰਾ ਤੋਂ ਪਰਹੇਜ਼ ਕਰਨਾ ਚਿੱਚੜ ਮਤਲਬ ਨਹੀਂ ਲੱਗਣ ਦੇਣਾ ਜਾਨਵਰ ਨੂੰ ਚਿੱਚੜ ਇੱਕ ਲੱਗ ਜਾਏ ਜਾਂ 100 ਲੱਗ ਜਾਏ ਇੱਕੋ ਗੱਲ ਹੈ ਚਿੱਚੜ ਨਹੀਂ ਲੱਗਣ ਦੇਣਾ ਚਾਹੀਦਾ ਸਹੀ ਜ਼ਬਰਦਸਤ ਜਿਹੜਾ ਬੁਖਾਰ ਵਗੈਰਾ ਗਰਮੀ ਦੇ ਵਿੱਚ ਹੁੰਦਾ ਇਹ ਚਿੱਚੜਾਂ ਤੋਂ ਹੁੰਦਾ ਔਰ ਜਿਹੜੀਆਂ ਗਾਵਾਂ ਆਪਣੇ ਕੋਲ ਖੜੀਆਂ ਨੇ ਇਸ ਟਾਈਮ ਆਪਣੇ ਵਿਵਾਦ ਪਿੱਛੇ ਦੇਖ ਰਹੇ ਨੇ ਇਹਨਾਂ ਦੀ ਜ਼ਰਾ ਵਾਅਦੇ ਕਰਕੇ ਦੱਸਿਓ ਕਿ ਇਹ ਕਿਹੜੀ ਕਿਹੜੀ ਨਸਲ ਦੀਆਂ ਗਾਵਾਂ ਨੇ ਔਰ ਕਿੰਨੀ ਕਿੰਨੀ ਰੇਂਜ ਤੱਕ ਨੇ ਇਹ ਬਾਈ ਇਹ ਫਰੀਜ਼ਨ ਗਾਂ ਫੁੱਲ ਫਰੀਜ਼ਨ ਜਿਹੜੀਆਂ ਮਤਲਬ ਬਾਹਰੋਂ ਆਉਂਦੀਆਂ ਨੇ ਗਾਵਾਂ ਜੀ ਜੀ ਅਤੇ ਉਹ ਹੀ ਗਾਂ ਹੈ ਡੱਚ ਫਰੀਜ਼ਨ ਹੋ ਗਿਆ ਜਾਂ ਆਸਟ੍ਰੇਲੀਅਨ ਬਿਲਕੁਲ ਨਹੀਂ ਅਤੇ ਉਹ ਫਰੀਜ਼ਨ ਗਾਂ ਹੈ ਇਸ ਤੋਂ ਅੱਗੇ ਜਿਹੜੀ ਉਹ ਵੀ ਫਰੀਜ਼ਨ ਹੈ ਉਹ ਫਰੀਜ਼ਨ ਥੋੜ੍ਹਾ ਜਿਹਾ ਕ੍ਰਾਸ ਪੈ ਜਾਂਦਾ ਹਲਕਾ ਜਿਹਾ ਹਾਂਜੀ ਹਾਂਜੀ ਅਤੇ ਇਸ ਤੋਂ ਅਗਲੀ ਗਾਏ ਜਿਹੜੀ ਹੈ ਉਹ ਵੀ ਕ੍ਰਾਸ ਹੈ ਅੱਛੀਆਂ ਨਸਲਦਾਰ ਗਾਵਾਂ ਜੀ ਮਾਸ਼ਾਅੱਲਾ ਇਹ ਸਰ ਤੁਸੀਂ ਇਹਨਾਂ ਨੂੰ ਡੇਅਰੀ ਫਾਰਮ ਦਾ ਹੀ ਕਰਦੇ ਜੇ ਜਾਂ ਕਿ ਇਹਨਾਂ ਤੋਂ ਅੱਗੇ ਸੇਲ ਪਰਚੇਜ਼ ਵੀ ਕਰਦੇ ਜੀ ਸਰ ਅਸੀਂ ਤਾਂ ਸੇਲ ਪਰਚੇਜ਼ ਦਾ ਵੀ ਕੰਮ ਕਰਨੇ ਹਾਂ ਜੀ ਜੀ ਸਾਡਾ ਤਾਂ ਇਹ ਵੀ ਅਸੀਂ ਜਾਨਵਰ ਲੈ ਕੇ ਸੇਲ ਵੀ ਕਰੀਦਾ ਮਤਲਬ ਕਿ ਉਹਦੇ ਕੋਲ ਅੱਛੀ ਪ੍ਰੋਡਕਸ਼ਨ ਲਈ ਔਰ ਪ੍ਰੋਡਕਸ਼ਨ ਦੇ ਵਿੱਚ ਉਹ ਅਗਰ ਸੇਲ ਵੀ ਹੋ ਜਾਵੇ ਤਾਂ ਸੇਲ ਵੀ ਹੋ ਜਾਵੇ ਜਿਹੜਾ ਜਿਹੜਾ ਕੋਈ ਮਤਲਬ ਸਾਡੇ ਕੋਲ ਖਰੀਦਣਾ ਚਾਹਵੇ ਅਸੀਂ 24 ਘੰਟੇ ਹਾਜ਼ਰ ਹਾਂ ਜੀ ਸਹੀ ਹਾਂਜੀ ਮਤਲਬ ਅਸੀਂ ਫਿਰ ਲੈ ਆਈ ਦੀ ਹੋਰ ਅੱਛਾ ਇਸ ਕੰਮ ਦੇ ਅੰਦਰ ਇੱਕ ਔਰ ਵਾਧਾ ਵੀ ਹੈ ਕਿ ਅਗਰ ਇੱਕ ਸਾਲ ਤੁਸੀਂ ਇਹਨੂੰ ਰੱਖਿਆ ਹੈ ਸਾਲ ਬਾਅਦ ਜੋ ਅੱਛੀ ਸੇਵਨ ਰੱਖੀ ਆ ਉਸ ਤੋਂ ਬਾਅਦ ਅਗਰ ਤੁਹਾਡੇ ਕੋਲ ਅੱਛੀ ਬਰੀਡ ਆ ਗਈ ਤਾਂ ਮੈਂ ਇਹ ਸਮਝਦਾ ਕਿ 2 ਸਾਲਾਂ ਦੇ ਅੰਦਰ ਪਹਿਲੇ ਜਿਹੜੇ ਉਹਦੀ ਇਨਵੈਸਟਮੈਂਟ ਉਹ ਵੀ ਕੰਪਲੀਟ ਹੋ ਜਾਂਦੀ ਹੈ ਹਾਂਜੀ ਬਿਲਕੁਲ ਜੀ ਇੱਕ ਵੱਛੀ ਹੈ ਨਾ ਜੀ ਇੱਕ ਵੱਛੀ 7 ਤੋਂ 8 ਮਹੀਨੇ ਦੇ ਵਿੱਚ ਅਗਰ ਉਹਨੂੰ ਮੁਕੰਮਲ ਤੌਰ 'ਤੇ ਤਿਆਰ ਕਰ ਲਿਆ ਜਾਵੇ ਜੀ 7 ਤੋਂ 8 ਮਹੀਨੇ ਦੇ ਵਿੱਚ ਵੱਛੀ ਟੀਕਾ ਰਖਵਾ ਜਾਂਦੀ ਹੈ ਦੁਬਾਰੇ ਮਤਲਬ ਤਿਆਰ ਹੋ ਜਾਂਦੀ ਹਾਂਜੀ ਮਤਲਬ ਕਿ 1.5 ਸਾਲ 2 ਸਾਲ ਦੇ ਵਿੱਚ ਵਿੱਚ ਇਹਨਾਂ ਤੋਂ ਆਉਣ ਵਾਲੀ ਮਤਲਬ ਇਹ ਮੁਕੰਮਲ ਤਿਆਰ ਹੋਣ ਕਰੋ ਨਾ ਮੁਕੰਮਲ ਜੋ ਜਿੰਨੀ ਖੁਰਾਕ ਮੰਗਦੀ ਹੈ ਉਤਨੀ ਖੁਰਾਕ ਦਿੱਤੀ ਜਾਵੇ ਤਾਂ ਵੱਛੀ 16 ਤੋਂ 18 ਮਹੀਨੇ ਦੇ ਵਿੱਚ ਦੁਬਾਰੇ ਸੂ ਸਕਦੀ ਹੈ ਮਤਲਬ ਕਿ ਅਸੀਂ ਇਵੇਂ ਕਹਿ ਸਕਦੇ ਹਾਂ ਕਿ ਅਗਰ ਇੱਕ ਬੰਦਾ 5 ਗਾਵਾਂ ਤੋਂ ਫਾਰਮਿੰਗ ਸਟਾਰਟ ਕਰਦਾ ਹਾਂਜੀ ਉਹ 3 ਸਾਲਾਂ ਬਾਅਦ ਉਹ 5 ਨੂੰ 10 ਤੇ ਉਹ ਤਕਰੀਬਨ 5 ਗਾਵਾਂ ਉਹਦੀਆਂ 10 ਗਾਵਾਂ ਬਣ ਸਕਦੀਆਂ ਨੇ
ਫਿਰ ਇਹ ਨਾ ਸੈਕਸ ਸਿਮਨ ਆਏ ਆ ਜੀ ਜੀ 100 ਚੋਂ ਮਤਲਬ 100% ਤਾਂ ਨਹੀਂ 100 ਚੋਂ 70% ਉਹ ਵੱਛੀ ਹੁੰਦੀ ਹੈ ਤਕਰੀਬਨ ਜੀ ਜੀ ਉਹਨਾਂ ਦੇ ਕੋਈ ਸੈ ਆਪਣਾ ਜਦੀਦ ਕੰਮ ਜਿਹੜਾ ਆ ਅੱਛਾ ਭਾਈ ਜ਼ੁਲਫਕਾਰ ਸਾਨੂੰ ਇਹ ਦੱਸੋ ਕਿ ਅੱਛੀ ਗਾਂ ਜਿਹੜੀ ਹੈਗੀ ਆ ਫ੍ਰੀਜ਼ਨ ਦੇ ਅੰਦਰ ਹਾਂਜੀ ਇਹਦੀਆਂ ਖਸੂਸੀਅਤ ਕੀ ਹੋਣੀ ਹੋਣ ਦੀਆਂ ਕੱਦ ਦੇ ਹਵਾਲੇ ਨਾਲ ਉਹਦੇ ਚੱਡੇ ਦੇ ਹਵਾਲੇ ਨਾਲ ਫਿਰ ਉਹਦੇ ਥਣਾਂ ਦੇ ਹਵਾਲੇ ਨਾਲ ਇਹ ਸਾਰਾ ਖਸੂਸੀਅਤ ਦੱਸੋ ਜਿਵੇਂ ਕਿ ਸਾਡੇ ਵੀਵਰ ਆਪਣੇ ਜਾਨਵਰਾਂ ਨੂੰ ਦੇਖ ਰਹੇ ਨੇ ਇਹਨਾਂ ਦੇ ਸਾਰੇ ਜਿਸਮ ਦੀ ਵੀਡੀਓ ਚੱਲਦੇ ਫਿਰਦੇ ਆਪਾਂ ਇਹਨਾਂ ਨੂੰ ਵਿਖਾ ਰਹੇ ਹਾਂ ਤੁਸੀਂ ਜ਼ਰਾ ਕਿ ਵੀ ਦੱਸ ਦਿਓ ਕਿ ਇਹਨਾਂ ਦੀ ਅੱਛੀ ਖਸੂਸੀਅਤ ਕੀ ਨੇ ਔਰ ਸਾਡੀ ਕੋਲ ਜਿਹੜੀ ਇਹ ਜਾਨਵਰ ਖੜੇ ਨੇ ਤਾਂ ਕਿ ਭਾਈਆਂ ਨੂੰ ਇਹ ਵੀ ਪਤਾ ਚੱਲ ਜਾਵੇ ਕਿ ਇਹਨਾਂ ਕੋਲ ਕਿਸ ਤਰ੍ਹਾਂ ਦੀਆਂ ਗਾਵਾਂ ਖੜੀਆਂ ਜਿਹੜੀ ਫ੍ਰੀਜ਼ਨ ਗਾਂ ਨਾ ਜੀ ਜੀ ਵੀ ਕੋਈ ਵੀ ਜਾਨਵਰ ਐਸਾ ਨਹੀਂ ਦਾ ਕਿ ਜਿਹੜਾ ਬਗੈਰ ਖੁਰਾਕ ਖਾਣ ਤੋਂ ਦੇ ਦੇਵੇ ਜੀ ਜੀ ਬਿਲਕੁਲ ਜਿਹੜੀ ਫ੍ਰੀਜ਼ਨ ਹੋ ਗਈ ਜਰਸੀ ਹੋ ਗਈ ਇਹ ਗਾਵਾਂ ਜਿਹੜੀ ਵਲੈਤੀ ਗਾਵਾਂ ਨਾ ਜੀ ਜੀ ਇਹਨਾਂ ਦੀ ਖੁਰਾਕ ਖਾਣ ਦੀ ਸਲਾਹੀ ਜ਼ਿਆਦਾ ਹੁੰਦੀ ਦੂਸਰੇ 'ਚ ਸਹੀ ਖੁਰਾਕ ਖਾ ਕੇ ਦੁੱਧ ਦੇਣਾ ਇਹਨਾਂ ਨੇ ਸਹੀ ਮਤਲਬ ਚਾਰਾ ਇਹਨਾਂ ਜ਼ਿਆਦਾ ਖਾਣਾ ਅਤੇ ਜ਼ਿਆਦਾ ਹਜ਼ਮ ਕਰਨਾ ਉਹਦੇ ਵਿੱਚੋਂ ਹੀ ਚਾਰੇ ਦਾ ਦੁੱਧ ਦੇਣਾ ਨਾ ਚਾਰੇ ਦਾ ਬਣਾ ਕੇ ਜੀ ਜੀ ਇਹ ਖਾਣ ਦੀ ਸਲਾਹੀ ਇਹਨਾਂ ਜ਼ਿਆਦਾ ਹੁੰਦੀ ਦੂਸਰੀ ਗਾਂ ਨਾਲੋਂ ਸਹੀ ਫਿਰ ਇਹ ਆ ਵੀ ਲੰਮਾ ਟਾਈਮ ਦੁੱਧ ਦਿੰਦੀਆਂ ਲੌਂਗ ਟਾਈਮ ਚੱਲਦੀ ਹਾਂਜੀ ਇਹ ਦੂਸਰੀਆਂ ਗਾਵਾਂ ਦਿੰਦੀਆਂ ਦੇਸੀ ਗਾਂ ਤੋਂ ਜਿਹੜੀ ਦੇਸੀ ਇਕੱਲੀ ਗਾਂ ਉਹ 2 ਮਹੀਨੇ ਦੁੱਧ ਦੇਵੇਗੀ ਜੇ ਥੋੜ੍ਹੀ ਕ੍ਰਾਸ ਗਾਂ ਹੋ ਗਈ ਉਹ 4 ਮਹੀਨੇ ਦੁੱਧ ਦੇ ਕੇ ਬਸ ਕਰ ਜਾਏਗੀ ਇਹ ਗਾਂ ਨੂੰ ਤੁਸੀਂ ਜਦੋਂ ਸੁਣਦੀ ਹੈ ਉੱਥੋਂ ਸਟਾਰ ਲੈਂਦੀ ਹੈ ਨਾ ਇਹ 10 ਮਹੀਨੇ ਤੱਕ ਲਗਾਤਾਰ ਉਸੇ ਸਟਾਰ ਉਸੇ ਹੀ ਰਿਦਮ ਨਾਲ ਜਾਂਦੀ ਹੈ ਅੱਛਾ ਤੁਸੀਂ ਪਹਿਲੇ ਕਿਹਾ ਕਿ ਇਹਦੇ ਅਗਰ ਇੱਕ ਬੰਦਾ ਇਨਵੈਸਟਮੈਂਟ ਕਰੇ ਡੇਲੀ ਦਾ 300 ਖਰਚਾ ਕਰੇ ਉਹਦੇ ਅੰਦਰ ਤੁਸੀਂ ਇਹ ਦੱਸ ਸਕਦੇ ਜੇ ਕਿ ਸਾਡੇ ਵਿਵਾਦ ਕਈ ਤਾਂ ਬਿਲਕੁਲ ਨਵੇਂ ਆਉਣ ਦੇ ਡੇਲੀ ਉਹ ਕਿੰਨਾ ਵੱਡਾ ਇੱਕ ਗਾਂ ਨੂੰ ਇਹ ਫ੍ਰੀਜ਼ਰ ਨੂੰ ਵੱਡਾ ਕਿੰਨਾ ਡੇਲੀ ਜ਼ਿਆਦਾ ਤੋਂ ਜ਼ਿਆਦਾ ਪਾ ਸਕਦਾ ਔਰ ਜਿਹਦੇ ਅੰਦਰ ਕੋਈ ਕਿਸੇ ਕਿਸਮ ਦਾ ਸਾਈਡ ਇਫੈਕਟ ਵੀ ਨਾ ਹੋਵੇ ਵੰਡਾ ਨਾ 4 ਕਿਲੋ ਪਾਉਣਾ ਚਾਹੀਦਾ ਜਾਨਵਰ ਨੂੰ ਇੱਕ ਦਿਨ 'ਚ ਜੀ ਅਸੀਂ ਹੁਣ ਮਤਲਬ ਕਰ ਰਹੇ ਹਾਂ ਨਾ ਇੱਥੇ ਸਾਡਾ 25-25 ਲੀਟਰ ਦੁੱਧ ਗਾਵਾਂ ਦਿੰਦੀਆਂ 30-30 ਲੀਟਰ ਦੇ ਲੈਂਦੀਆਂ ਅਸੀਂ ਮਤਲਬ 4 ਕਿਲੋ ਵੰਡਾ ਪਾਉਣੇ ਜ਼ਿਆਦਾ ਕਿਸਮ ਪਾਉਣਾ 5 ਕਿਲੋ ਪਾ ਤਾ ਕਿਸਮ 3 ਕਿਲੋ ਪਾ ਦੇਈਦਾ 3 ਕਿਲੋ 4 ਕਿਲੋ 5 ਕਿਲੋ ਜਦੋਂ ਵੀ ਵਧੀਆ ਹਮਾਰੇ ਪਿਆਰੇ ਭਾਈ ਫਾਰਮਰ ਥੇ ਭਾਈ ਜ਼ੁਲਫਕਾਰ ਸਾਹਿਬ ਜਿਨ੍ਹਾਂ ਨੇ ਸਮਾਲ ਡੇਅਰੀ ਫਾਰਮਿੰਗ ਪਰ ਬੜੇ ਜ਼ਬਰਦਸਤ ਤਰੀਕੇ ਸੇ ਹਮੇ ਇਸ ਬਾਤ ਕੇ ਸੇ ਵਾਅਦੇ ਕੀਆ ਕਿ ਆਪ ਕਿਤਨੇ ਇਨਵੈਸਟਮੈਂਟ ਕਰ ਸਕਤੇ ਹੈ ਔਰ ਇਸ ਇਨਵੈਸਟਮੈਂਟ ਮੇਂ ਆਪ ਕੌਣ ਕੌਣ ਸੀ ਗਾਈਆਂ ਖਰੀਦ ਕਰ ਸਕਤੇ ਹੈ ਜਿਨ ਸੇ ਆਪ ਦੁੱਧ ਕੀ ਅੱਛੀ ਪ੍ਰੋਡਕਸ਼ਨ ਲੈ ਸਕੇ ਔਰ ਜੈਸੇ ਕਿ ਆਪਕੋ ਹਮਾਰੇ ਅਕਬ ਮੇਂ ਨਜ਼ਰ ਆ ਰਹੀ ਹੈ ਵੀਡੀਓ ਮੇਂ ਚਲਤੀ ਫਿਰਤੀ ਇਹ ਗਾਈਆਂ ਨਜ਼ਰ ਆ ਰਹੀ ਹੈ ਅਗਰ ਆਪ ਇਨਕੇ ਬਾਰੇ ਮੇਂ ਮਾਲੂਮਾਤ ਲੈਣਾ ਚਾਹੇ ਤੋ ਆਪਕੋ ਹਮਾਰੇ ਭਾਈ ਕਾ ਨੰਬਰ ਨਜ਼ਰ ਆ ਰਹਾ ਹੈ ਆਪ ਇਨਸੇ ਰਾਬਤਾ ਕਰ ਸਕਤੇ ਹੈ ਔਰ ਆਪ ਦੀਗਰ ਆਪਣੀ ਸਲਿਊਸ਼ਨ ਜੋ ਆਪਕੇ ਅਗਰ ਆਪ ਪਹਿਲੇ ਸੇ ਆਲਰੇਡੀ ਫਾਰਮਰ ਹੈ ਆਪਕੇ ਜਾਨਵਰੋਂ ਕੋ ਕੋਈ ਮਸਲਾ ਹੈ ਆਪ ਉਸ ਵਾਲੇ ਸੇ ਵੀ ਮਸ਼ਵਰਾ ਕਰ ਸਕਤੇ ਹੈ ਇਸਕੇ ਸਾਥ ਹੀ ਹਮਾਰੀ ਆਜ ਕੀ ਵੀਡੀਓ ਇਖਤਿਤਾਮ ਪਜ਼ੀਰ ਹੋਤੀ ਹੈ ਆਪਣੇ ਮੇਜ਼ਬਾਨ ਹਾਫਿਜ਼ ਮੁਹੰਮਦ ਇਕਰਾਮ ਔਰ ਮੇਰੀ ਟੀਮ ਕੋ ਦੀਜੀਏ ਇਜਾਜ਼ਤ ਨਈ ਵੀਡੀਓ ਮੇਂ ਮੁਲਾਕਾਤ ਹੋਗੀ ਤਬ ਤੱਕ ਕੇ ਲੀਏ ਅੱਲਾ ਨਿਗਹਬਾਨ